ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੇ ਵਿੱਚ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਹਾਜ਼ਰ ਹਾਂ ਹਰਸ਼ਰਨ ਕੌਰ ਲੈ ਕੇ ਖਾਸ ਬੁਲੇਟਿਨ। ਸਤਿ ਸ਼੍ਰੀ ਅਕਾਲ ਜੀ। ਅਸੀਂ ਨਜ਼ਰ ਪਾਵਾਂਗੇ ਦੇਸ਼ ਦੁਨੀਆ ਦੀਆਂ ਸਾਰੀਆਂ ਨਵੀਆਂ ਤਾਜ਼ਾ ਤੇ ਨਿਰਪੱਖ ਖਬਰਾਂ ਤੇ। ਸ਼ੁਰੂਆਤ ਕਰਾਂਗੇ ਸ਼ਾਰਟ ਐਂਡ ਸ਼ਾਰਪ 25 ਦੇ ਨਾਲ। ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਰਬੱਤ ਖਾਲਸਾ ਵੱਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਅੱਜ ਮੁੜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਬੀਤੇ ਦਿਨ ਵੀ ਭਾਰੀ ਸੁਰੱਖਿਆ ਪ੍ਰਬੰਧਾਂ ਵਿੱਚ ਧਿਆਨ ਸਿੰਘ ਮੰਡ ਨੂੰ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਧਿਆਨ ਸਿੰਘ ਮੰਡ ਦੇ ਵਕੀਲ ਤੇ ਸਰਕਾਰੀ ਵਕੀਲ ਵਿਚਕਾਰ ਬਹਿਸ ਤੋਂ ਬਾਅਦ ਧਿਆਨ ਸਿੰਘ ਨੂੰ 1 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ। ਸਿੱਖ ਨਸਲਕੁਸ਼ੀ ਨੂੰ ਲੈ ਕੇ ਸੀਨੀਅਰ ਵਕੀਲ ਐਚ ਐਸ ਫੂਲਕਾ ਕਾਂਗਰਸ ਤੇ ਜੰਮ ਕੇ ਵਰੇ ਤੇ ਉਹਨਾਂ ਨੇ ਰਾਜੀਵ ਗਾਂਧੀ ਦਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕੀਤੀ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਵਫਦ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਗਿਆ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਗਈ। ਪੰਜਾਬ ਕੈਬਨਿਟ ਦੀ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ। ਬੈਠਕ ਵਿੱਚ ਬੁਢਾਪਾ ਪੈਨਸ਼ਨ ਵੀ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਤਕਰੀਬਨ 1,14,000 ਨੌਕਰੀਆਂ ਨੂੰ ਵੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ। ਜੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਡਾਇਰੈਕਟ ਵਿਦ ਦਿਨੇਸ਼ ਵਿੱਚ ਸੁਖਵੀਰ ਦੇ ਵਾਰ ਤੇ ਕਾਂਗਰਸ ਨੇ ਪਲਟਵਾਰ ਕੀਤਾ। ਕੈਪਟਨ ਨੇ ਹਾਲਾਤਾਂ ਨਾਲ ਨਜਿੱਠਣ ਲਈ ਹਾਕਮ ਧਿਰ ਨੂੰ ਨਾਕਾਮ ਦੱਸਿਆ ਤੇ ਸ਼ਕੀਲ ਅਹਿਮਦ ਨੇ ਕਿਹਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਸਰਕਾਰ ਨਹੀਂ ਭੱਜ ਸਕਦੀ। ਆਮ ਆਦਮੀ ਪਾਰਟੀ ਨੇ ਹਾਕਮ ਧਿਰ ਵੱਲੋਂ ਉਸ ਤੇ ਲਾਏ ਜਾ ਰਹੇ ਨਿਸ਼ਾਨੇ ਦੇ ਖਿਲਾਫ਼ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਮੌਜੂਦਾ ਘਟਨਾਕ੍ਰਮ ਨਾਲ ਨਜਿੱਠਣ ਲਈ ਸਰਕਾਰ ਦੀਆਂ ਨੀਤੀਆਂ ਨੂੰ ਫਲੌਪ ਦੱਸਿਆ। ਉਹਨਾਂ ਕਿਹਾ ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਉਹਨਾਂ ਦੀ ਪਾਰਟੀ ਤੇ ਇਲਜ਼ਾਮ ਲਾ ਰਹੀ ਹੈ। ਨਾਲ ਹੀ ਉਹਨਾਂ ਸਰਕਾਰ ਵੱਲੋਂ ਲੱਖਾਂ ਨੌਕਰੀਆਂ ਕੱਢਣ ਦੇ ਐਲਾਨ ਤੇ ਵੀ ਸਵਾਲ ਚੁੱਕੇ। ਪੰਜਾਬ ਵਿੱਚ ਬਦਲੇ ਹਾਲਾਤਾਂ ਦਰਮਿਆਨ ਮੁੜ ਆਵਾਮ ਨਾਲ ਰਾਬਤਾ ਬਣਾਉਣ ਲਈ ਅਕਾਲੀ ਦਲ ਸਦਭਾਵਨਾ ਰੈਲੀਆਂ ਕਰਨ ਜਾ ਰਿਹਾ ਹੈ। ਇਸੇ ਤਹਿਤ ਤਿਆਰੀਆਂ ਦਾ ਜਾਇਜ਼ਾ ਲੈਣ ਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਡਿਪਟੀ ਸੀਐਮ ਸੁਖਬੀਰ ਬਾਦਲ ਬੀਤੇ ਦਿਨ ਕਪੂਰਥਲਾ ਪਹੁੰਚੇ, ਜਿੱਥੇ ਉਹਨਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ। 1 ਲੱਖ ਤੋਂ ਵੱਧ ਨੌਕਰੀਆਂ ਦੇ ਵਿਕਾਸ ਦੇ ਵੱਡੇ ਵੱਡੇ ਦਾਅਵਿਆਂ ਦਰਮਿਆਨ ਉਹਨਾਂ ਨੇ ਪੰਜਾਬ ਵਿੱਚ ਮਹਾਂਗਠਜੋੜ ਦੇ ਕੀਤੇ ਜਾ ਰਹੇ ਦਾਅਵਿਆਂ ਤੇ ਵੀ ਤਿੱਖੇ ਹਮਲੇ ਕੀਤੇ। 26 ਨਵੰਬਰ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦਾ ਮੁੱਦਾ ਏਜੰਡੇ ਤੇ ਨਹੀਂ ਹੈ। ਐਸਜੀਬੀਸੀ ਮੁਖੀ ਅਵਤਾਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਤੇ ਬਣਾਈ ਕਮੇਟੀ ਹੀ ਰਿਪੋਰਟ ਸੌਂਪੇਗੀ। ਉਪ ਮੁੱਖ ਮੰਤਰੀ ਦੇ ਵਿਦੇਸ਼ੀ ਏਜੰਸੀਆਂ ਵਾਲੇ ਬਿਆਨ ਨੂੰ ਵੀ ਉਹਨਾਂ ਨੇ ਸਹੀ ਦੱਸਿਆ। ਫਾਜ਼ਿਲਕਾ ਵਿੱਚ ਚਿੱਟੀ ਮੱਖੀ ਦੇ ਹਮਲੇ ਨਾਲ ਬਰਬਾਦ ਹੋਈ ਕਿਸਾਨਾਂ ਦੀਆਂ ਫਸਲਾਂ ਲਈ ਸਰਕਾਰ ਵੱਲੋਂ ਮੁਆਵਜ਼ੇ ਦੇ ਤੌਰ ਤੇ ਜੋ ਚੈੱਕ ਜਾਰੀ ਕੀਤੇ ਗਏ ਨੇ ਉਹ ਹੁਣ ਬਾਉਂਸ ਹੋ ਰਹੇ ਨੇ, ਜਿਸ ਨਾਲ ਕਿਸਾਨਾਂ ਦੀਆਂ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਗਈਆਂ ਨੇ। ਕਿਸਾਨਾਂ ਨੇ ਬਾਉਂਸ ਹੋ ਰਹੇ ਚੈੱਕਾਂ ਨੂੰ ਆਪਣੇ ਨਾਲ ਮਜ਼ਾਕ ਕਰਾਰ ਦਿੱਤਾ ਹੈ। ਉੱਥੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਆਪਣਾ ਪੱਲਾ ਝਾੜ ਰਿਹਾ ਹੈ। ਪੰਜਾਬ ਦੇ ਸਟੇਟ ਤੇ ਨੈਸ਼ਨਲ ਹਾਈਵੇਜ਼ ਦੇ ਸਾਰੇ ਅਣਅਧਿਕਾਰਤ ਠੇਕੇ ਬੰਦ ਕਰਵਾ ਦਿੱਤੇ ਗਏ ਨੇ। ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਨੇ ਹਾਈਕੋਰਟ ਵਿੱਚ ਰਿਪੋਰਟ ਸੌਂਪੀ ਹੈ। ਹਾਈਕੋਰਟ ਨੇ ਜਵਾਬ ਮੰਗਿਆ ਸੀ। ਪਟਿਆਲਾ ਦੇ ਰਾਜਪੁਰਾ ਨੇੜੇ ਸਰਾਏ ਬੰਜਾਰਾ ਦੇ ਗੁਰਦੁਆਰੇ ਵਿੱਚ ਦੋ ਹਵਲਦਾਰਾਂ ਨੂੰ ਬੰਦੀ ਬਣਾ ਲਿਆ ਗਿਆ। ਦੋਵਾਂ ਤੇ ਗੁਰਦੁਆਰੇ ਦੇ ਗ੍ਰੰਥੀ, ਉਹਨਾਂ ਦੀ ਪਤਨੀ ਤੇ ਨੂੰਹ ਨਾਲ ਮਾਰਕੁੱਟ ਦਾ ਇਲਜ਼ਾਮ ਹੈ। ਗੁਰਦੁਆਰੇ ਦੇ ਗ੍ਰੰਥੀ ਦੇ ਮੁਤਾਬਕ ਦੋਵੇਂ ਹਵਲਦਾਰ ਨਸ਼ੇ ਵਿੱਚ ਸਨ ਤੇ ਮੁੱਖ ਗ੍ਰੰਥੀ ਨੂੰ ਥਾਣੇ ਲਿਜਾਣ ਦੀ ਜ਼ਿੱਦ ਕਰਨ ਲੱਗੇ। ਮਾਰਕੁੱਟ ਕੀਤੀ, ਰੌਲਾ ਪਾਉਣ ਤੇ ਨੇੜੇ ਤੇੜੇ ਦੇ ਲੋਕ ਇਕੱਠੇ ਹੋ ਗਏ। ਡੀਐਸਪੀ ਰਾਜਪੁਰਾ ਭਾਰੀ ਪੁਲਿਸ ਬਲ ਸਮੇਤ ਮੌਕੇ ਤੇ ਪਹੁੰਚੇ ਤੇ ਦੋਵੇਂ ਹਵਲਦਾਰਾਂ ਨੂੰ ਛੁਡਾਇਆ। ਅੱਜ ਅੰਮ੍ਰਿਤਸਰ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਅੰਬੈਸੀ ਨੇ 51 ਸਿੱਖ ਸ਼ਰਧਾਲੂਆਂ ਦੀ ਵੀਜ਼ਾ ਅਰਜ਼ੀ ਵੀ ਰੱਦ ਕਰ ਦਿੱਤੀ ਹੈ, ਜਿਸ ਨਾਲ ਸਿੱਖ ਸ਼ਰਧਾਲੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਐਸਜੀਪੀਸੀ ਨੇ ਵੀ ਪਾਕਿਸਤਾਨ ਅੰਬੈਸੀ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਨੰਗਲ ਦੇ ਪਿੰਡ ਭਲਾਨ ਵਿੱਚ 25 ਬਿਸਤਰਿਆਂ ਦਾ ਹੈਲਥ ਸੈਂਟਰ ਖੁਦ ਹੀ ਬਿਮਾਰ ਪਿਆ ਹੈ। ਸਿਰਫ 5 ਬੈੱਡਾਂ ਦੇ ਸਹਾਰੇ ਹਸਪਤਾਲ ਚੱਲ ਰਿਹਾ ਹੈ। ਸਾਫ਼ ਸਫਾਈ ਦਾ ਵੀ ਬੁਰਾ ਹਾਲ ਹੈ ਤੇ ਮਰੀਜ਼ਾਂ ਨੂੰ ਵੀ ਕਾਫ਼ੀ ਖੱਜਲ ਖੁਆਰ ਹੋਣਾ ਪੈਂਦਾ ਹੈ। ਹਰਿਆਣਾ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਰਾਓ ਨਰਵੀਰ ਨੇ
गीता का मजाक उड़ाया। कुरुक्षेत्र विच गीता दे एक सैमिनार विच उन्हें कहा कि गीता दियां गल्लां मेरे सिर तो निकल जांदियां ने। नरवीर ने इत्थों तक कह दिता कि मेरी बदकिस्मती है कि गीता दे इस विषय ते सैमिनार विच मैनू बुलाया गया। हरियाणा के खेतीबाड़ी मंत्री ओम प्रकाश धनखड़ ने राम मंदिर नूं लैके वड्डा बयान दिता है। रोहतक पहुंचे ओम प्रकाश धनखड़ ने कहा कि सारे हिंदू यही चाहते हैं कि अयोध्या विच राम मंदिर बने। मामला भावें कोर्ट विच है, फिर भी साड़ी सब की इच्छा यही है कि राम मंदिर अयोध्या विच बने। हरियाणा के मुख्यमंत्री मनोहर लाल खट्टर ने करनाल विच करोड़ां रुपए दीआं कई योजनावां दा उद्घाटन किया, नींह पत्थर भी रखे। इस दे नाल ही गऊ वंश सुरक्षा गऊ संवर्धन एक्ट की शुरुआत भी हो गई। करनाल विच सीएम खट्टर ने कहा कि गऊ तस्करी करन ते गावां नूं मारन वालिआं नूं हुण सख्त तो सख्त सजा ते भारी जुर्माना भुगतना होवेगा। 28 नवंबर की पिछड़े वर्ग की रैली नूं कामयाब बनाउण लई बीजेपी सांसद राजकुमार सैणी पूरा जोर ला रहे ने। पंचकूला विच सैणी ने लोगों नूं रैली का सद्दा दिता। सैणी ओबीसी विच जाटां का विरोध कर रहे ने। अंबाला कैंट तो विधायक ते हरियाणा दे कैबिनेट मंत्री अनिल विज ने बीते दिन छौणी तहसील विच छापेमारी की। छापेमारी दौरान विज नूं नायब तहसीलदार नशे दी हालत विच मिले। एसीपी ते एसएमओ नूं मौके ते बुला के विज ने जांच ते हुक्म जारी किए ने। सीएम वीरभद्र सिंह ने पंचायती राज चोणां नूं विधानसभा चोणां दे नाल जोड़न ते विधानसभा चोणां नूं सैमी फाइनल वर्गे प्रचार नूं गलत करार दिता है। उन्हां कहा कि दोवें चोणां विच काफी फर्क है, दोवें चोणां दे मुद्दे भी वख-वख हुंदे ने। पंचायत चोणां नूं लैके बीजेपी ने बिलासपुर विच जिला पदरी बैठक की। बीजेपी कौमी सकत्तर ते सूबा इंचार्ज श्रीकांत शर्मा सने कई पार्टी नेता मौजूद रहे। श्रीकांत ने मुख्यमंत्री वीरभद्र सिंह ते निशाना साधदिआं कहा कि चोणां दे मद्देनजर सरकारी मशीनरी की दुरवरतों करके सरकार जिन्ने हथ कंडे अपना रही है सब का पर्दाफाश किया जाएगा। सत्तवें तनखाह कमिशन ने अपनी रिपोर्ट सरकार नूं सौंप दित्ती है। तनखाह कमिशन ने केंद्रीय कर्मचारियों के वेतन ते भत्तियां विच 23.55% इजाफे की सिफारिश की है, जिस नाल 48 लाख केंद्रीय मुलाजमान नूं फायदा मिलेगा। अज बिहार के गांधी मैदान में 23वें मुख्यमंत्री के तौर पर नीतीश कुमार सहु चुकनगे। नीतीश 5वीं बार सूबे के मुख्यमंत्री बन गए। लालू के पुत्र तेजस्वी बिहार के डिप्टी सीएम हो सकते हैं। सहु चुक समागम में हिमाचल के मुख्यमंत्री वीरभद्र सिंह भी शिरकत करेंगे। भारत ने टैरर फंडिंग ते मनी लॉन्ड्रिंग विच शामिल 3 दर्जन तो वध शक्की बैंक खात्यां नूं सील कर दिता है। इन्हां खात्यां विच 2,12,00,000 रुपए तो वध दी जायदाद सी। ग्लोबल एंट्री फाइनेंशियल टैरर बॉडी FATF ने यह दावा किया। भारत अतवाद नाल सब तो ज्यादा प्रभावित टॉप 10 देशों में शामिल है। ग्लोबल टैररिज्म इंडैक्स के मुताबिक 2014 में 162 देशों की लिस्ट में भारत 6वें नंबर पर रहा। इस साल भारत में दहशतगर्दी हमलों में कुल 416 लोग मारे गए ने, जो 2010 तो बाद सब तो वध ने। चंडीगढ़ यूनिवर्सिटी घड़ुआ में चल रहा 3 दिना साइंस मैथमैटिक एंड एनवायरमेंट एग्जीबिशन समाप्त हो गया। मेले में पंजाब के तकरीबन सारे सरकारी स्कूलों के विद्यार्थियों ने हिस्सा लेके साइंस के वातावरण विषयों संबंधी प्रोजेक्टों की प्रदर्शनी लाई। भाग लैन वाले कुल 217 विद्यार्थियों तो 25 जेतुआ इनामी राशि के सर्टिफिकेट समेत नैशनल कंपीटिशन में जाने का मौका मिले। साइंस मेले में मुख्य मेहमान के तौर पर पहुंचे सिक्ख्या मंत्री ने प्रदर्शनी का दौरा किया, बच्चों की इनामी राशि वधाए जाने की गल की। विस्तार विच सब तो पहला सरबत खालसा नाल जुड़ी हुई खबर। देश द्रोह दे मामले विच गिरफ्तार किए गए सरबत खालसा वालों नियुक्त श्री अकाल तख्त साहब के कार्यकारी जथेदार भाई ध्यान सिंह मांड नूं अज मुड़ तो अदालत विच पेश किया जाएगा। बीते दिन भी सख्त सुरक्षा प्रबंधा हेठ ध्यान सिंह मांड नूं अमृतसर की जुडिशियल मैजिस्ट्रेट हरसिमरन कौर की अदालत विच पेश किया गया। पुलिस ने 14 दिन के पुलिस रिमांड की मांग की थी, पर ध्यान सिंह मांड के वकील ते सरकारी वकील विचकार बहस तो बाद भाई ध्यान सिंह नूं 1 दिन के पुलिस रिमांड से भेज दिता गया। कोटकपूरा गोलीकांड की जांच नूं लैके खड़े हो रहे सवालों के मुद्दे नूं लैके दिल्ली विच हलचल वेखण नूं मिली। इस संबंधी पंजाब कांग्रेस के वफद ने राहुल गांधी की अगुवाई विच राष्ट्रपति नाल मुलाकात की। कांग्रेस मीत प्रधान राहुल गांधी की अगुवाई विच पंजाब कांग्रेस का वफद राष्ट्रपति नूं मिलिया अते कोटकपूरा गोलीकांड च मारे गए 2 नौजवानों के मामले विच इंसाफ की मांग की। राहुल गांधी ने कहा कि इंसाफ की यह मांग महज 2 परिवारों लई नहीं सगों पूरे पंजाब लई है। प्रेसिडेंट से हम मिले,
प्रेसिडेंट ने बहुत अच्छी तरह हमारी बात सुनी। ये दो परिवारों की न्याय की बात नहीं है, ये पूरे पंजाब के लिए न्याय की बात है, इसीलिए कांग्रेस पार्टी यहाँ आई है। वहाँ के जो चीफ मिनिस्टर हैं उनको पंजाब को न्याय देना है और उनको ये काम जल्दी से जल्दी करना चाहिए। कांग्रेस वालों गोलीकांड की जांच सुप्रीम कोर्ट के सिटिंग जज तो कराने की मांग रखी गई है। नाल ही गुरु ग्रंथ साहब जी की बेअदबी मामले विच सरकार वालों रखी गई उम्र कैद की तजवीज से भी सवाल खड़े किए गए। What the Honorable Vice President and the leaders have sought is an inquiry by a sitting judge of the Supreme Court, a judicial inquiry, time bound, so that these people could get justice. That you are already saying that those people who are going to be found in this case of sacrilege will be given life imprisonment. But for the first thing is to find the person and to try him and to see under the trial whether the man is guilty, not like what you did earlier by picking up two innocent people. So the thing is, first trial. ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਗਏ ਸਨ ਤਾਂ ਕੋਟਕਪੂਰਾ ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਸ਼ਟਰਪਤੀ ਕੋਲ ਇਨਸਾਫ਼ ਦੀ ਮੰਗ ਚੁੱਕਣ ਦੀ ਗੱਲ ਕਹੀ ਸੀ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਉਧਰ ਚੰਡੀਗੜ੍ਹ ਵਿੱਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਕਈ ਲੋਕ ਲੁਭਾਊ ਫੈਸਲੇ ਲਏ ਗਏ। ਪੰਜਾਬ ਦੇ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਹਾਕਮ ਧਿਰ ਨੇ ਜਨਤਾ ਲਈ ਖਜ਼ਾਨੇ ਦਾ ਮੂੰਹ ਖੋਲ ਦਿੱਤਾ। ਕੈਬਨਿਟ ਦੀ ਅਹਿਮ ਬੈਠਕ ਵਿੱਚ ਲਏ ਗਏ ਫੈਸਲਿਆਂ ਵਿੱਚ ਇਸਦੀ ਝਲਕ ਦੇਖੀ ਜਾ ਸਕਦੀ ਹੈ। ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਗਏ। ਕੈਬਨਿਟ ਮੀਟਿੰਗ 'ਚ ਨੌਜਵਾਨਾਂ, ਬਜ਼ੁਰਗਾਂ ਅਤੇ ਵਪਾਰੀਆਂ ਆਦਿ ਦਾ ਖਿਆਲ ਰੱਖਿਆ ਗਿਆ। ਨਵੀਆਂ ਭਰਤੀਆਂ ਤੋਂ ਲੈ ਕੇ ਬੁਢਾਪਾ ਪੈਨਸ਼ਨ ਵਧਾਉਣ ਅਤੇ ਬੇਅਦਬੀ ਦੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਸਮੇਤ ਕਈ ਅਹਿਮ ਫੈਸਲੇ ਲਏ ਗਏ ਨੇ। ਨੌਜਵਾਨਾਂ ਲਈ 1 ਲੱਖ ਤੋਂ ਵੱਧ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਤਕਰੀਬਨ 40 ਵਿਭਾਗਾਂ ਦੇ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਤੇ ਨੰਬਰਦਾਰਾਂ ਦਾ ਭੱਤਾ 1500 ਰੁਪਏ ਕੀਤਾ ਗਿਆ। ਗੰਨਾ ਇੰਡਸਟਰੀ ਨੂੰ ਸੂਬਾ ਸਰਕਾਰ 50 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਵੇਗੀ। ਇਸ ਤੋਂ ਇਲਾਵਾ ਡਰਾਈ ਫਰੂਟ, ਖਾਦ ਅਤੇ ਸਰੋਂ ਆਦਿ ਤੇ ਵੈਟ ਘਟਾਇਆ ਗਿਆ। ਅਸੀਂ ਫੈਸਲਾ ਲਿੱਤਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ। ਤਕਰੀਬਨ ਅਸੀਂ 1,14,000 ਨਵੀਆਂ ਨੌਕਰੀਆਂ ਅੱਜ ਕਲੀਅਰ ਕਰ ਦਿੱਤੀਆਂ। ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਹੈ ਉਹ 250 ਤੋਂ ਵਧਾ ਕੇ 500 ਰੁਪਏ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਗਾਤਾਰ ਵਾਧੇ ਮਾਮਲਿਆਂ ਤੇ ਨਕੇਲ ਕਸਣ ਲਈ ਸਰਕਾਰ ਨੇ ਅਹਿਮ ਕਦਮ ਚੁੱਕਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਹੁਣ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਤੇ ਵੀ ਬਣਦੀ ਕਾਰਵਾਈ ਹੋਵੇਗੀ ਤੇ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਦਾ ਕੋਈ ਵੀ ਸ਼ਖਸ ਧਾਰਮਿਕ ਯਾਤਰਾ ਮੁਫ਼ਤ ਵਿੱਚ ਕਰ ਸਕੇਗਾ। ਇਸ ਤੋਂ ਇਲਾਵਾ ਪੰਜਾਬੀ ਬੋਲਦੇ ਸੂਬੇ ਲਈ ਮੋਰਚਾ ਲਾਉਣ ਵਾਲਿਆਂ ਵਾਸਤੇ ਬੱਸ ਯਾਤਰਾ ਫ੍ਰੀ ਕੀਤੀ ਗਈ ਹੈ ਤੇ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਰੱਖੀ ਗਈ ਹੈ। ਸਭ ਤੋਂ ਵੱਡਾ ਫੈਸਲਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੇ ਕੋਈ ਬੇਅਦਬੀ ਕਰੂਗਾ ਉਹਨੂੰ ਅੱਜ ਦੀ ਤਰੀਕ 3 ਸਾਲ ਜੇਲ੍ਹ ਸੀ, ਅਸੀਂ ਉਹਨੂੰ ਲਾਈਫ ਸੈਂਟੈਂਸ ਕਰ ਦਿੱਤਾ ਹੈ। ਨਵੀਂ ਯੋਜਨਾ ਅਸੀਂ ਲਾਂਚ ਕਰ ਰਹੇ ਹਾਂ ਜਿਹਦਾ ਨਾਂ ਹੈ ਚੀਫ ਮਿਨਿਸਟਰ ਤੀਰਥ ਯਾਤਰਾ ਸਕੀਮ। ਚੀਫ ਮਿਨਿਸਟਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜਿਹਦੇ ਰਾਹੀਂ ਹਰ ਅਸੈਂਬਲੀ ਹਲਕੇ ਤੋਂ ਪੰਜਾਬ ਸਰਕਾਰ ਟ੍ਰੇਨਸ ਦੇ ਵਿੱਚ ਆਲ ਐਕਸਪੈਂਸਿਸ ਪੇਡ ਤੀਰਥ ਯਾਤਰਾ ਟੂ ਰਿਲੀਜੀਅਸ ਪਲੇਸਿਸ ਲਾਈਕ ਹਜ਼ੂਰ ਸਾਹਿਬ, ਵਾਰਾਨਸੀ, ਅਜਮੇਰ ਸ਼ਰੀਫ, ਇੱਥੇ ਆਪਣਾ ਵੈਸ਼ਨੋ ਦੇਵੀ ਜਾਂ ਹੋਰ ਜਿਹੜੀਆਂ ਤੀਰਥ ਯਾਤਰਾ ਉੱਥੇ ਇਜ਼ ਅ ਫੁੱਲ ਫਲੈਸ਼ ਪ੍ਰੋਗਰਾਮ ਵਿਦ ਇਨ 1 ਈਅਰ ਵੀ ਵਿਲ ਕਵਰ। ਸੂਬੇ ਦੇ ਉਪ ਮੁੱਖ ਮੰਤਰੀ ਨੇ 2017 ਦਾ ਚੈਲੰਜ ਕਬੂਲ ਕਰਦੇ ਹੋਏ ਜਿਸ ਤਰ੍ਹਾਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਲਲਕਾਰਿਆ ਸੀ ਉਸ ਤੋਂ ਬਾਅਦ ਹੁਣ ਵਾਰੀ ਆਮ ਜਨਤਾ ਨੂੰ ਖੁਸ਼ ਕਰਨ ਦੀ ਹੈ ਜਿਸ ਲਈ ਹਰ ਵਰਗ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਖਾਸ ਪ੍ਰੋਗਰਾਮ ਡਾਇਰੈਕਟ ਵਿਦ ਦਿਨੇਸ਼ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖੁਲਾਸਿਆਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਬਹਿਸ ਛੇੜੀ ਹੈ। ਖਾਸ ਕਰਕੇ ਕਾਂਗਰਸ ਤੇ ਲਾਏ ਇਲਜ਼ਾਮਾਂ ਤੇ ਹੁਣ ਵਾਰ ਪਲਟਵਾਰ ਦੀ ਸਿਆਸਤ ਤੇਜ਼ ਹੋ ਗਈ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਗੁਫ਼ਤਗੂ ਦੇ ਖਾਸ ਪ੍ਰੋਗਰਾਮ ਡਾਇਰੈਕਟ ਵਿਦ ਦਿਨੇਸ਼ 'ਚ ਕਾਂਗਰਸ ਨੂੰ ਖਰੀਆਂ ਖੋਟੀਆਂ ਸੁਣਾਉਣ ਵਾਲੇ ਡਿਪਟੀ ਸੀਐਮ ਸੁਖਬੀਰ ਬਾਦਲ ਦੇ ਖਿਲਾਫ ਪੰਜਾਬ ਕਾਂਗਰਸ ਨੇ ਹਮਲਾਵਰ ਰੁਖ ਅਪਣਾ ਲਿਆ।
ਸਰਬੱਤ ਖਾਲਸਾ ਤੋਂ ਲੈ ਕੇ ਪੰਜਾਬ ਦੇ ਮੌਜੂਦਾ ਘਟਨਾਕ੍ਰਮ ਲਈ ਸੁਖਬੀਰ ਬਾਦਲ ਨੇ ਪੰਜਾਬ ਕਾਂਗਰਸ ਨੂੰ ਸਿਰ ਦੇ ਹੱਥੀ ਲਿਆ ਸੀ। ਮੈਂ ਹੈਰਾਨ ਹਾਂ ਕਾਂਗਰਸ ਜੋ ਆਪਣੇ ਆਪ ਨੂੰ ਕਹਿੰਦੀ ਅਸੀਂ ਦੇਸ਼ ਦੀ ਪਾਰਟੀਆਂ ਹੈ, ਸਭ ਤੋਂ ਪੁਰਾਣੀ ਪਾਰਟੀਆਂ, ਦੋ ਐਂਟੀ ਇੰਡੀਆ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਬਹਿ ਕੇ ਸਟੇਜਾਂ ਸ਼ੇਅਰ ਕਰਦੀ ਹੈ। ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ, ਸਰਬੱਤ ਖਾਲਸਾ ਨਹੀਂ ਕਾਂਗਰਸ ਦੀ ਰੈਲੀ ਸੀ, ਕਾਂਗਰਸ ਦੀ ਐਂਟੀ ਇੰਡੀਆ ਐਂਟੀ ਪੰਜਾਬ ਰੈਲੀ ਜੋ ਕੀਤੀ ਗਈ ਸੀ ਕਾਂਗਰਸ ਨੇ ਕੀਤੀ ਸੀ, ਨਾ ਸਰਬੱਤ ਖਾਲਸਾ ਦਿੱਤਾ ਸੀ ਆਪਣੀ ਕੌਮ ਦੀਆਂ ਪਰੰਪਰਾ ਨੂੰ ਤੋੜਨ ਵਾਸਤੇ। ਸੁਖਬੀਰ ਦੇ ਨਿਸ਼ਾਨਿਆਂ 'ਤੇ ਪ੍ਰਤੀਕਰਮ ਜ਼ਾਹਿਰ ਸੀ। ਸੋ ਮੋਰਚਾ ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਸਾਂਭਿਆ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾ ਸਰਕਾਰ ਨੂੰ ਪੰਜਾਬ ਦੇ ਹਾਲਤ ਸਾਂਭਣ 'ਚ ਨਾਕਾਮ ਤੱਕ ਐਲਾਨ ਦਿੱਤਾ। ਵਿਦੇਸ਼ੀ ਤੋਂ ਤਾਕਤੋਂ ਕਾ ਹੱਥ ਹੈ ਤਭੀ ਵੋ ਭਾਰਤ ਸਰਕਾਰ ਕੀ ਜ਼ਿੰਮੇਦਾਰੀ ਹੈ, ਰਾਜ ਸਰਕਾਰ ਕੀ ਜ਼ਿੰਮੇਦਾਰੀ ਹੈ, ਰਾਜ ਸਰਕਾਰ ਕੇ ਤੋਂ ਹੋਮ ਮਿਨਿਸਟਰ ਵਹੀ ਹੈ ਸੁਖਬੀਰ ਬਾਦਲ ਜੀ, ਮੋਦੀ ਜੀ ਉਨਕੇ ਪ੍ਰਧਾਨ ਮੰਤਰੀ ਹੈ। ਅਗਰ ਰਾਜ ਸਰਕਾਰ ਆਪਣੇ ਜ਼ਿੰਮੇਦਾਰੀ ਨਹੀਂ ਨਿਭਾਏਗੀ, ਅਗਰ ਭਾਰਤ ਸਰਕਾਰ ਜ਼ਿੰਮੇਦਾਰੀ ਨਹੀਂ ਨਿਭਾਏਗੀ ਤੋ ਕਿਸ ਸੇ ਸ਼ਿਕਾਇਤ ਕਰ ਰਹੇ ਹੈ, ਉਨਕੋ ਸ਼ਿਕਾਇਤ ਕਰਨੀ ਚਾਹੀਏ ਭਾਰਤ ਸਰਕਾਰ ਸੇ ਔਰ ਆਪਣੀ ਸਰਕਾਰ ਸੇ, ਤੋ ਸਵਾਭਾਵਿਕ ਰੂਪ ਸੇ ਲੋਗੋਂ ਕਾ ਦਿਮਾਗ ਭਟਕਾਨੇ ਕੀ ਕੋਸ਼ਿਸ਼ ਕਰ ਰਹੇ ਹੈ। ਬਾਦਲ ਇਜ਼ ਟੁਡੇ ਸੇਇੰਗ ਸੁਖਬੀਰ ਬਾਦਲ, ਕਭੀ ISI ਕੋ ਬਣਾ ਦੇਤਾ ਹੈ, ਕਭੀ ਖਾਲਿਸਤਾਨੀ, ਕਭੀ ਕਾਂਗਰਸ ਕੋ ਬਣਾ ਦੇਤਾ ਹੈ, ਇਟ ਇਜ਼ ਆਲ ਨੌਨਸੈਂਸ। ਇਸਕੇ ਸੰਭਾਲ ਸੇ ਬਾਹਰ ਚਲੀ ਗਈ ਬਾਤ। ਉਧਰ ਆਮ ਆਦਮੀ ਪਾਰਟੀ ਨੇ ਵੀ ਸੁਖਬੀਰ ਬਾਦਲ ਵੱਲੋਂ ਪਾਰਟੀ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਤੇ ਜਵਾਬ ਦਿੱਤਾ ਹੈ। ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦਾ ਡਿਪਟੀ CM ਇਹੋ ਜਿਹੀਆਂ ਗੈਰ ਜ਼ਿੰਮੇਵਾਰੀ ਦੀਆਂ ਗੱਲਾਂ ਕਰ ਰਿਹਾ। ਹੁਣ CBI ਦੀ ਇਨਕੁਆਇਰੀ ਦੀ ਮੈਂ ਵੀ ਰਾਤੀ ਸੁਣੀ ਆ ਉਹਦੀ ਗੱਲ, ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਿਹਾ ਵਾ ਇਹਦੇ ਨਾਲ ਪੰਜਾਬ ਦਾ ਮਸਲਾ ਹੋਰ ਪੇਚੀਦਾ ਹੁੰਦਾ ਜਾਊਗਾ। ਪੰਜਾਬ 'ਚ ਬੇਅਦਬੀ ਦੇ ਮਾਮਲੇ ਸਾਹਮਣੇ ਆਉਣ 'ਤੇ ਸਰਕਾਰ ਕੁਝ ਹੱਦ ਤੱਕ ਬਚਾਅ ਦੀ ਮੁਦਰਾ 'ਚ ਦਿਖ ਰਹੀ ਸੀ, ਪਰ ਡਾਇਰੈਕਟ ਵਿਦ ਦਿਨੇਸ਼ 'ਚ ਸੁਖਬੀਰ ਦੇ ਸਿੱਧੇ ਹਮਲਿਆਂ ਤੋਂ ਕਾਂਗਰਸ ਦੀ ਭੜਕਾਹਟ ਜ਼ਾਹਿਰ ਹੈ, ਜਦੋਂ ਕਿ ਦੋਵੇਂ ਪਾਰਟੀਆਂ ਮਿਸ਼ਨ 2017 ਲਈ ਕਮਰ ਕਸੇ ਕਰ ਚੁੱਕੀਆਂ ਨੇ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਸੋ ਵਾਰ ਪਲਟਵਾਰ ਦੀ ਸਿਆਸਤ ਦੇ ਦਰਮਿਆਨ ਪੰਜਾਬ ਕਾਂਗਰਸ ਮੁਖੀ ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਅਕਾਲੀ ਦਲ ਨੂੰ ਸਿੱਧੇ ਹੱਥੀ ਲਿਆ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸ ਤੇ ਪੰਜਾਬ ਵਿੱਚ ਵਿਕਾਸ ਵਿਰੋਧੀ ਹੋਣ ਦੇ ਇਲਜ਼ਾਮ ਲਾ ਦਿੱਤੇ ਨੇ। ਪੰਜਾਬ ਕਾਂਗਰਸ ਹਾਕਮ ਧਿਰ ਦੇ ਉਹਨਾਂ ਇਲਜ਼ਾਮਾਂ ਤੇ ਨਿਤ ਦਿਨ ਤਿੱਖੇ ਹਮਲੇ ਕਰ ਰਹੀ ਹੈ ਜਿਸ ਵਿੱਚ ਸਰਬੱਤ ਖਾਲਸਾ ਲਈ ਕਾਂਗਰਸ ਦਾ ਹੱਥ ਹੋਣ ਦੇ ਦਾਅਵੇ ਕੀਤੇ ਗਏ ਸਨ। ਪੰਜਾਬ ਕਾਂਗਰਸ ਮੁਖੀ ਪ੍ਰਤਾਪ ਸਿੰਘ ਬਾਜਵਾ ਬੋਲੇ ਤਾਂ ਨਿਸ਼ਾਨੇ ਤੇ ਸਰਬੱਤ ਖਾਲਸਾ ਨੂੰ ਲੈ ਕੇ ਕਾਂਗਰਸ ਦੇ ਲਾਏ ਇਲਜ਼ਾਮਾਂ ਤੇ SGPC ਦੇ ਕੰਟਰੋਲ ਦਾ ਮਸਲਾ ਰਿਹਾ। ਗੁਰੰਦ ਸਾਹਿਬ ਦੀ ਬੇਅਦਬੀ ਦੇ ਕੇਸਿਸ ਆਏ ਤੇ ਪੰਜਾਬ ਸਰਕਾਰ ਰੋਕ ਨਹੀਂ ਪਾਈ ਤੇ ਸਹੀ ਮੁਲਜ਼ਮਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਨਹੀਂ ਪਾਈ, ਇਹ ਉਸ ਦਾ ਗੁੱਸਾ ਸੀ। ਉੱਥੇ ਆਪ ਮੁਹਾਰੇ ਲੋਕ ਗਏ ਨੇ, ਕਿਸੇ ਜਮਾਤ ਨਾਲ ਬੱਝਿਆ ਉੱਥੇ ਕੋਈ ਬੰਦਾ ਨਹੀਂ ਗਿਆ, ਨਾ ਕਿਸੇ ਨੇ ਖੜਿਆ। 110% ਸਮੁੱਚਾ ਸਿੱਖ ਜਗਤ, ਸਾਰੀ ਦੁਨੀਆ ਵਿੱਚ ਜਾਣਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਸਾਲ ਇਲੈਕਸ਼ਨ ਪ੍ਰਧਾਨ ਦੀ ਹੁੰਦੀ ਹੈ, ਹਰ ਸਾਲ ਮੈਂਬਰਸ ਜਿਹੜੇ ਨੇ ਇਕੱਠੇ ਕੀਤੇ ਜਾਂਦੇ ਨੇ ਤੇ ਸਾਰੇ ਇੱਕ ਲਿਫਾਫੇ ਦੇ ਇੰਤਜ਼ਾਰ 'ਚ ਹੁੰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਉਹ ਲਿਫਾਫਾ ਕਦੋਂ ਪਹੁੰਚੇਗਾ ਜਿਹਦੇ ਵਿੱਚ ਪ੍ਰਧਾਨ ਦਾ ਨਾਂ ਹੋਏਗਾ। ਅਜੇ ਤੱਕ ਇੱਕ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ ਕਦੀ ਮੌਕਾ ਹੀ ਨਹੀਂ ਦਿੱਤਾ ਕਿ ਉਹ ਆਪਣਾ ਪ੍ਰਧਾਨ ਆਪ ਚੁਣ ਸਕੇ। ਪੰਜਾਬ ਦੇ ਹਾਲਾਤ ਲਈ ਕਾਂਗਰਸ ਦੇ ਜ਼ੋਰਦਾਰ ਹਮਲੇ ਤੋਂ ਬਾਅਦ ਬਚਾਅ 'ਚ ਅਕਾਲੀ ਆਗੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਾਹਮਣੇ ਆਏ ਅਤੇ ਸੂਬੇ ਦੇ ਹਾਲਾਤਾਂ ਦੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। Developments which have taken place in Punjab is very unfortunate and totally being supported by the Congress party who is going to Pakistan and making certain statements encouraging all that in Punjab. So they are out to disrupt the progress of the country. You will see it in Parliament also. We saw it in the last session. All bills which would lead to the progress and development of this country was stalled by the Congress. This is what they did in the last session. This is what they're going to do in the next session. And this is exactly what they are doing in Punjab as well, now demanding a separate state and going into things of creating upheaval in Punjab. Punjab ਚ ਸਮੁੱਚੇ ਘਟਨਾਕ੍ਰਮ ਤੋਂ ਬਾਅਦ ਸਿਆਸੀ ਵਾਰ ਪਲਟਵਾਰ ਦੀ ਸਿਆਸਤ ਹਾਵੀ ਹੁੰਦੀ ਨਜ਼ਰ ਆ ਰਹੀ ਹੈ, ਪਰ ਲੋੜ ਹੈ ਅਮਨੋ ਅਮਾਨ ਲਈ ਸਾਜ਼ਗਾਰ ਮਾਹੌਲ ਵਾਸਤੇ ਕਦਮ ਪੁੱਟਣ ਦੀ, ਨਾ ਕਿ ਇੱਕ ਦੂਜੇ ਖਿਲਾਫ਼ ਇਲਜ਼ਾਮ ਤਰਾਸ਼ੀ ਦੀ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਸਿਆਸਤ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹੁਣ ਇੱਕ ਅੰਮ੍ਰਿਤਸਰ ਸ਼ਹਿਰ ਦੀ ਖਬਰ ਦਾ ਰੁਖ ਕਰਦੇ ਹਾਂ ਜਿੱਥੇ ਰਹਿਣ ਬਸੇਰਿਆਂ ਦੀ ਹਾਲਤ ਬਾਕੀ ਸ਼ਹਿਰਾਂ ਨਾਲੋਂ ਠੀਕ ਨਜ਼ਰ ਆਈ। ਰਹਿਣ ਬਸੇਰਿਆਂ ਵਿੱਚ ਰਹਿਣ ਵਾਲੇ ਲੋਕ ਵੀ ਪ੍ਰਸ਼ਾਸਨ ਤੋਂ ਸੰਤੁਸ਼ਟ ਨੇ, ਪਰ ਹਾਲੇ ਵੀ ਸ਼ਹਿਰ ਵਿੱਚ ਹੋਰ ਰਹਿਣ ਬਸੇਰੇ ਉਸਾਰੇ ਜਾਣ ਦੀ ਲੋੜ ਹੈ। ਪੰਜਾਬ ਵਿੱਚ ਠੰਡ ਦਾ ਮੌਸਮ ਦਸਤਕ ਦੇ ਚੁੱਕਾ ਏ ਤੇ ਆਉਂਦੇ ਦਿਨਾਂ 'ਚ ਠੰਡ ਆਪਣੇ ਪੂਰੇ ਸ਼ਭਾਬ ਤੇ ਹੋਵੇਗੀ। ਅਜਿਹੇ ਵਿੱਚ ਜਿਨ੍ਹਾਂ ਦੇ ਕੋਲ ਆਪਣੇ ਘਰ ਨੇ ਉਹ ਤਾਂ ਠੰਡ ਤੋਂ ਬਚੇ ਰਹਿਣਗੇ, ਪਰ ਜੋ ਬੇਘਰ ਨੇ ਉਹਨਾਂ ਦਾ ਕੀ? ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਜਿਹੇ ਲੋਕਾਂ ਲਈ ਕੀ ਪ੍ਰਬੰਧ ਨੇ,
ਅਸੀਂ ਆਪਣੇ ਮਿਸ਼ਨ ਦੇ ਤਹਿਤ ਇਹੀ ਜਾਣਨ ਦੀ ਕੋਸ਼ਿਸ਼ ਕੀਤੀ। ਸ਼ਹਿਰ ਦੇ ਵਿੱਚ ਇੱਕ ਰਹਿਣ ਬਸੇਰਾ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਵਿੱਚ ਬਣਾਇਆ ਗਿਆ ਹੈ ਤੇ ਉੱਥੇ ਰਹਿ ਰਹੇ ਲੋਕ ਪ੍ਰਬੰਧਾਂ ਤੋਂ ਸੰਤੁਸ਼ਟ ਨਜ਼ਰ ਆਏ। ਉਹ ਤਾਂ ਰਜਾਈ ਕਬਰੀ ਰਜਾਈ ਦੇ ਦਿੱਤੇ ਹੈ, ਇਹ ਮੈਡਮ ਕਮਲ ਦੇ ਕੇ ਗਿਆ ਹੈ, ਖੰਡ ਪਾਠ ਕਰਵਾਏ ਥੇ ਤਾਂ ਉਹ ਕਮਲ ਦੇ ਗਏ ਹੈ ਮੈਡਮ। ਖਾਣੇ ਪੀਣ ਨੂੰ ਵੀ ਦੋ ਵਕਤ ਮਿਲਦਾ, ਸ਼ਾਮ ਸਵੇਰ ਸ਼ਾਮ ਵੀ ਮਿਲਦਾ ਹੈ। ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਬੇਘਰ ਲੋਕਾਂ ਲਈ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਦੇ ਲਈ ਰਹਿਣ ਤੋਂ ਇਲਾਵਾ ਕੰਬਲ ਵੀ ਮੁਹੱਈਆ ਕਰਵਾਏ ਜਾ ਰਹੇ ਨੇ। ਉੱਥੇ ਹੀ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਨਵੇਂ ਰਹਿਣ ਬਸੇਰੇ ਬਣਾਉਣ ਲਈ ਤਿੰਨ ਥਾਵਾਂ ਚੁਣੀਆਂ ਗਈਆਂ ਨੇ। ਇਸ ਤੋਂ ਇਲਾਵਾ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਕਿ ਜਿੱਥੇ ਇਹ ਲੋਕ ਮੌਜੂਦਾ ਵੇਲੇ ਰਹਿ ਰਹੇ ਨੇ ਉੱਥੇ ਹੀ ਉਹਨਾਂ ਨੂੰ ਠੰਡ ਤੋਂ ਬਚਾਉਣ ਦੇ ਪ੍ਰਬੰਧ ਕੀਤੇ ਜਾਣ। ਅਤੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਰਾਧਾ ਦਿਨ ਅਸੀਂ ਉਹਨਾਂ ਨੂੰ ਸ਼ਿਫਟ ਕਰਕੇ ਉਹ ਰੈਣ ਬਸੇਰਾ 'ਚ ਲੈ ਕੇ ਜਾਈਏ, ਅਸੀਂ ਉਹਨਾਂ ਨੂੰ ਉੱਥੇ ਹੀ ਮੁਹੱਈਆ ਕਰਾਈਏ, ਕੁਛ ਇੱਦਾਂ ਦੇ ਟੈਂਟਸ ਮੁਹੱਈਆ ਹੋ ਜਾਣ ਜਿੱਦਾਂ ਮਿਊਨਸਪਲ ਕਾਰਪੋਰੇਸ਼ਨ ਨਾਲ ਚੰਡੀਗੜ੍ਹ ਨੇ ਕੀਤੇ ਹੋਏ ਆ, ਰਜਾਈਆਂ ਉਹਨਾਂ ਨੂੰ ਦਈਏ ਉੱਥੇ ਤਾਂ ਕਿ ਉਹ ਆਪਣਾ ਰੁਜ਼ਗਾਰ ਵੀ ਕਰ ਸਕਣ ਔਰ ਉਹ ਕਿਸੇ ਦੇ ਮੁਹਤਾਜ ਵੀ ਨਾ ਰਹਿਣ ਔਰ ਠੰਡ ਤੋਂ ਬਚੇ ਵੀ ਰਹਿਣ। ਉਹਦੇ ਵਾਸਤੇ ਰੈਣ ਬਸੇਰਾ ਅਸੀਂ ਬਣਾ ਰਹੇ ਹਾਂ ਦੋ ਜਗ੍ਹਾ 'ਤੇ, ਤਿੰਨ ਜਗ੍ਹਾ ਦੇ ਉੱਤੇ ਅਸੀਂ ਆਈਡੈਂਟੀਫਾਈ ਕਰ ਲਈ ਹੈ, ਉਹਦੇ ਵਾਸਤੇ ਪੈਸੇ ਦਾ ਵੀ ਪ੍ਰਬੰਧ ਕਰ ਲਿਆ। ਹੋਰ ਵੀ ਇੱਕ ਦੋ ਥਾਵਾਂ 'ਤੇ ਹੈ ਜਿਹੜੇ ਜਿਨ੍ਹਾਂ ਦੀ ਸਥਿਤੀ ਖਰਾਬ ਹੈ ਉਹਨਾਂ ਨੂੰ ਵੀ ਅਸੀਂ ਦੇਖ ਕੇ ਅਤੇ ਉਹਨਾਂ ਦੇ ਵੀ ਜਿਹੜਾ ਸਗੋਂ ਜਿਹੜੇ ਬਣੇ ਹੋਏ ਨੇ ਥੋੜ੍ਹੇ ਪੈਸੇ ਲੱਗਣੇ ਉਹਦੇ 'ਤੇ ਉਹਨਾਂ ਨੂੰ ਵੀ ਦੇਖ ਕੇ ਅਤੇ ਅਸੀਂ ਪੂਰਾ। ਅੰਮ੍ਰਿਤਸਰ ਪੰਜਾਬ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਆਉਂਦਾ ਏ ਜਿੱਥੇ ਸਭ ਤੋਂ ਵਧੇਰੇ ਠੰਡ ਹੁੰਦੀ ਹੈ। ਰਹਿਣ ਬਸੇਰਿਆਂ ਨੂੰ ਲੈ ਕੇ ਫਿਲਹਾਲ ਪ੍ਰਸ਼ਾਸਨ ਦੇ ਪ੍ਰਬੰਧ ਇੱਥੇ ਚੰਗੇ ਨੇ, ਪਰ ਲੋੜ ਹੈ ਕਿ ਛੇਤੀ ਹੋਰ ਰਹਿਣ ਬਸੇਰੇ ਉਸਾਰੇ ਜਾਣ ਤਾਂ ਜੋ ਕਿਸੇ ਵੀ ਗਰੀਬ ਨੂੰ ਬਾਹਰ ਠੰਡ ਦੇ ਵਿੱਚ ਨਾ ਸੌਣਾ ਪਵੇ। ਰਾਜਨ ਗੁਸਾਈ, ਜ਼ੀ ਮੀਡੀਆ, ਅੰਮ੍ਰਿਤਸਰ।